ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ। ਫੈਬ ਇਨਟੇਕ ਨੂੰ ਬਹੁਤ ਹੀ ਘੱਟ ਸਮਾਂ ਰਹਿ ਗਿਆ, ਸੋ ਜਿਹੜੇ ਵੀ ਸਿੰਸੀਅਰ ਸਟੂਡੈਂਟਸ ਲਈ ਉਹਨਾਂ ਲਈ ਇਹ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ, ਕਿਉਂਕਿ ਇਸ ਸਮੇਂ ਦੇ ਵਿੱਚ ਵੀ ਤੁਸੀਂ ਕਿਵੇਂ ਸਹੀ ਆਪਸ਼ਨਸ ਦੇ ਨਾਲ ਸਹੀ ਰਸਤਾ ਚੁਣਦੇ ਹੋਏ ਅੱਗੇ ਵਧੋ ਅਤੇ ਫੈਬ ਇਨਟੇਕ ਵਿੱਚ ਵਧੀਆ ਕੋਰਸ ਚੂਜ਼ ਕਰਦੇ ਹੋਏ ਆਪਣਾ ਤੁਸੀਂ ਸੁਪਨਾ ਸਾਕਾਰ ਕਰ ਸਕਦੇ ਹੋ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣ ਲਈ। ਕਿਹੜੇ ਕਿਹੜੇ ਸਟੂਡੈਂਟਸ ਨੂੰ ਟਾਈਮਲੀ ਸਹੀ ਸਟੈਪ ਲੈਣਾ ਬਹੁਤ ਹੀ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ, ਬਹੁਤ ਖਾਸ ਗੱਲਾਂ ਰਹਿਣ ਵਾਲੀਆਂ ਨੇ ਅੱਜ ਦੀ ਵੀਡੀਓ ਵਿੱਚ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਸਪੈਸ਼ਲੀ ਫੱਬ ਇਨਟੇਕ ਨੂੰ ਲੈ ਕੇ ਇਹ ਖਾਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ। ਸਤਿ ਸ਼੍ਰੀ ਅਕਾਲ। ਨਮਸਕਾਰ ਸਾਰੇ। ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ, ਜੋ ਕਿ ਮੈਂ ਹਰ ਵਾਰੀ ਗੱਲ ਕਰਦੀ ਹਾਂ, ਸੋ ਕੋਈ ਵੀ ਇਨਟੇਕ ਹੋਵੇ ਉਹ ਬਹੁਤ ਹੀ ਖਾਸ ਹੋ ਜਾਂਦਾ ਹੈ, ਖਾਸ ਉਸ ਵੇਲੇ ਹੋਰ ਜ਼ਿਆਦਾ ਹੋ ਜਾਂਦਾ ਜਦ ਸਮਾਂ ਵਿੱਚ ਥੋੜ੍ਹਾ ਰਹਿ ਜਾਂਦਾ, ਅਤੇ ਇੱਥੇ ਇੱਕ ਮਾਹਿਰ ਸਲਾਹ ਦੀ ਜ਼ਰੂਰਤ ਸਟੂਡੈਂਟਸ ਨੂੰ ਬਹੁਤ ਹੀ ਜ਼ਿਆਦਾ ਹੁੰਦੀ ਹੈ। ਸੋ ਮੈਮ, ਇੱਥੇ ਫੈਬ ਇਨਟੇਕ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਸਟੂਡੈਂਟਸ ਨੂੰ, ਜਿਹੜੇ ਖਾਸ ਤੌਰ 'ਤੇ ਆਪਾਂ ਸਿੰਸੀਅਰ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਜਿਹੜੀ ਸਾਡੀ ਵੀਡੀਓਜ਼ ਵੇਖ ਰਹੇ ਨੇ, ਹਲੇ ਪ੍ਰੋਸੈਸ ਸ਼ੁਰੂ ਨਹੀਂ ਕੀਤਾ ਜਾਂ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਨੂੰ ਅੱਜ ਦੇ ਸਮੇਂ ਵਿੱਚ ਤੁਸੀਂ ਕੀ ਕਹੋਗੇ? ਸਮਾਂ ਵੀ ਘੱਟ ਰਹਿ ਰਿਹਾ ਅੱਗੋਂ, ਫਾਰਮੈਲਿਟੀਜ਼ ਕਿਸ ਤਰ੍ਹਾਂ ਦੀਆਂ ਔਰ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਅੱਗੇ ਵਧਣ? ਦੇਖੋ, ਫੈਬ ਇਨਟੇਕ ਵਾਸਤੇ ਹਰਜੋ ਟਾਈਮ ਬਹੁਤ ਘੱਟ ਰਹਿ ਗਿਆ, ਲੇਕਿਨ ਇਹ ਇੱਕ ਅੱਛਾ, ਮਤਲਬ ਜਿਹਨੂੰ ਕਹਿਣਾ ਚਾਹੀਦਾ ਅਪਡੇਟ ਹੈ ਕਿ ਹਜੇ ਅਪਲਾਈ ਕਰ ਸਕਦੇ, ਕਿਉਂਕਿ ਯੂਨੀਵਰਸਿਟੀਆਂ ਨਾਲ ਕੱਲ੍ਹ ਹੀ ਮੇਰੀ ਮੀਟਿੰਗ ਹੋਈ ਹੈ, ਅਤੇ ਕਿਉਂਕਿ ਫੈਬ ਇਨਟੇਕ ਹੈ ਇਮੀਡੀਏਟ ਕੁਛ ਯੂਨੀਵਰਸਿਟੀਆਂ ਦਾ, ਅਤੇ ਜੇ ਬੱਚੇ ਦੇ ਡਾਕੂਮੈਂਟਸ ਪੂਰੇ ਹੈ 1 ਵੀਕ 'ਚ ਵੀ ਆਫਰ ਲੈਟਰ ਆ ਸਕਦਾ। ਦੇਖੋ, CBSE ਦੇ ਬੱਚੇ ਮੈਕਸੀਮਮ ਯੂਨੀਵਰਸਿਟੀਆਂ ਲੈ ਰਹੀ ਹੈ, ਜਿਹੜੇ ਸਟੇਟ ਬੋਰਡ ਦੇ ਉਹ ਬਹੁਤ ਘੱਟ ਯੂਨੀਵਰਸਿਟੀਆਂ ਲੈ ਰਹੀਆਂ, ਰਾਈਟ। CBSE ਬੱਚੇ ਦੇ 65% 6 ਬੈਂਡ ਈਚ ਮੈਕਸੀਮਮ ਯੂਨੀਵਰਸਿਟੀਆਂ ਦੀ ਰਿਕੁਆਇਰਮੈਂਟ ਹੈ, ਬਟ ਮੇਰੇ ਕੋਲ G8 ਯੂਨੀਵਰਸਿਟੀਆਂ ਜਿਹਦੇ ਵਿੱਚ 60% CBSE ਦੇ ਵਿੱਚ 60% ਜਾਂ 65% ਜਦ ਅਸੀਂ ਗੱਲ ਕਰਦੇ ਹਾਂ ਉਹ ਮੇਨ 4 ਸਬਜੈਕਟਸ, ਜਾਂ ਤੁਸੀਂ ਮੈਡੀਕਲ ਦੇ ਹੋ, ਨੋਨ ਮੈਡੀਕਲ ਦੇ ਹੋ, ਆਰਟਸ ਦੇ ਹੋ, ਕਾਮਰਸ ਦੇ ਹੋ, ਜਿਹੜੇ ਅੱਛੇ ਵਾਲੇ ਮੇਨ ਸਬਜੈਕਟਸ ਹੈ ਜਿਹਦੇ ਵਿੱਚ ਤੁਹਾਡੀ ਲੈਂਗੁਏਜ ਨਹੀਂ ਆਉਣੀ ਚਾਹੀਦੀ ਹੈ, ਚਾਹੇ ਪੰਜਾਬੀ ਹੋਏ ਚਾਹੇ ਹਿੰਦੀ ਹੋਏ, ਕੋਈ ਪੇਂਟਿੰਗ ਹੋਵੇ, ਕੋਈ ਹੋਮ ਸਾਇੰਸ, ਇਹ ਸਬਜੈਕਟ ਅਸੀਂ ਕਾਊਂਟ ਨਹੀਂ ਕਰਦੇ, ਤੁਸੀਂ ਉਹ 4 ਮੇਨ ਸਬਜੈਕਟ ਦੀ ਪਰਸੈਂਟੇਜ ਆਪ ਕਾਊਂਟ ਕਰਨੀ ਹੈ, ਜੇ 60% ਮਿਨੀਮਮ ਹੈ। ਮੈਂ G8 ਯੂਨੀਵਰਸਿਟੀ 'ਚ ਤੁਹਾਡਾ ਐਡਮਿਸ਼ਨ ਕਰਾ ਸਕਦੀ ਹਾਂ, ਵਿਦਇਨ ਏ ਵੀਕ ਤੁਹਾਡਾ ਆਫਰ ਲੈਟਰ ਔਰ GTE ਕਲੀਅਰ ਕਰਾ ਸਕਦੀ ਹਾਂ। ਅੱਜ ਦੀ ਡੇਟ ਦੇ ਵਿੱਚ GTE ਕਲੀਅਰ ਕਰਾਉਣਾ ਸਭ ਤੋਂ ਜ਼ਿਆਦਾ ਮੁਸ਼ਕਲ ਹੈ, ਕਿਉਂਕਿ GTE ਦੇ ਵਿੱਚ ਇੰਨਾ ਡਾਕੂਮੈਂਟਸ ਮੰਗਿਆ ਜਾਂਦਾ ਹੈ, ਤੁਸੀਂ ਖਾਲੀ ਜਿਹੜਾ ਆਪਣਾ ਪਰਸੈਂਟੇਜ ਕਾਊਂਟ ਕਰੋ, ਤੁਹਾਡੀ ਇਨਕਮ 10 ਤੋਂ 15 ਲੱਖ ਹੋਣੀ ਚਾਹੀਦੀ ਹੈ, ਤੁਹਾਡੇ 3 ਮੰਥਸ ਓਲਡ ਫੰਡ ਹੋਣੇ ਚਾਹੀਦੇ ਆਰ ਬੈਂਕ ਲੋਨ ਹੋਣਾ ਚਾਹੀਦਾ, ਤੁਹਾਡਾ 1 ਵੀਕ ਦੇ ਅੰਦਰ GTE ਕਲੀਅਰ ਹੋ ਜਾਏਗਾ, ਇਹ ਮੇਰੀ ਗਰੰਟੀ ਹੈ। ਔਰ ਜਦ GTE ਕਲੀਅਰ ਹੋ ਗਈ, ਤੁਸੀਂ COE ਆ ਗਈ, ਤਾਂ ਫੈਬ ਇਨਟੇਕ 'ਤੇ ਹਜੇ ਆਪਣੇ ਕੋਲ ਬਥੇਰਾ ਟਾਈਮ ਹੈ। ਇਹ ਕੌਨਫੀਡੈਂਸ ਹੋਣਾ ਚਾਹੀਦਾ, ਇਹ ਕੌਨਫੀਡੈਂਸ ਕਿਉਂ ਹੈ? ਕਿਉਂਕਿ ਅਸੀਂ ਇੰਨੇ ਪੁਰਾਣੇ ਟਾਈਮ ਤੋਂ ਕੰਮ ਕਰ ਰਹੇ ਹਾਂ, ਸਾਡੇ ਕੋਲ ਉਹ ਚੀਜ਼ਾਂ ਹੈ ਜਿਹੜੀ ਅਸੀਂ ਦੇ ਸਕਦੇ ਹਾਂ ਤੁਹਾਨੂੰ, ਤੁਹਾਡੇ ਡ੍ਰੀਮ ਪੂਰਾ ਕਰ ਸਕਦੇ ਹਾਂ। ਕਿਉਂਕਿ ਕੋਈ ਵੀ ਸਟੂਡੈਂਟ ਆਉਂਦਾ, ਉਹਨੂੰ ਮੈਂ ਪੁੱਛਦੀ ਹਾਂ ਕਿ ਜਾਣਾ ਕਿੱਥੇ ਹੈ, ਕਿ ਆਸਟ੍ਰੇਲੀਆ ਜਾਣਾ, ਆਸਟ੍ਰੇਲੀਆ ਕਿਉਂ ਜਾਣਾ, ਇਹ ਮੇਰਾ ਡ੍ਰੀਮ ਹੈ, ਤਾਂ ਮਸਟ ਬੀ ਉਹ ਡ੍ਰੀਮ ਬਣ ਜਾਂਦੇ ਆ ਬੱਚਿਆਂ ਦੇ ਜਦੋਂ ਆਪਣੇ ਫਰੈਂਡਸ ਨੂੰ ਜਾਂਦੇ ਦੇਖਦੇ ਆ, ਜਾਂ ਕਿਉਂਕਿ ਇਹੀ ਕੋਵਿਡ ਦੇ ਟਾਈਮ ਆਸਟ੍ਰੇਲੀਆ ਦਾ ਵੀਜ਼ਾ ਇੰਨਾ ਸੌਖਾ ਸੀਗਾ, ਅਸੀਂ ਬੱਚਿਆਂ ਨੂੰ ਕਹਿੰਦੇ ਸੀ ਅਪਲਾਈ ਕਰ ਲਓ, ਉਸ ਟਾਈਮ ਬਾਰਡਰ ਬੰਦ ਸੀਗਾ, ਬੱਚੇ ਨਹੀਂ ਮੰਨਦੇ ਸੀਗੇ, ਅੱਜ ਦੇ ਟਾਈਮ ਜਦ ਉਹਨਾਂ ਨੇ ਦੇਖਿਆ, ਉਹਨਾਂ ਨੇ ਵੀਜ਼ਾ ਦਿੱਤਾ, ਉੱਥੇ ਕੰਮ ਮਿਲਿਆ, ਪਾਰਟ ਟਾਈਮ ਵਰਕ ਅੱਛਾ ਮਿਲਿਆ, ਜੋਬ ਚਾਂਸਿਸ ਅੱਛੇ, ਅਤੇ ਹਰ ਬੱਚਾ ਜਿਹੜਾ ਆਸਟ੍ਰੇਲੀਆ ਮੰਗਦਾ। ਬਟ ਆਸਟ੍ਰੇਲੀਆ ਜਾਣ ਵਾਸਤੇ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹ ਤੁਸੀਂ ਧਿਆਨ ਰੱਖੋ, ਜਿਹੜੇ ਬੱਚੇ ਸੀਰੀਅਸ ਹੈ ਉਹ ਮੇਰੇ ਆਪਣਾ, ਮੈਂ ਨੰਬਰ ਦਿੰਦੀ ਹਾਂ ਸਾਰਿਆਂ ਨੂੰ, 9 8 1 5 6 5 7 1 8 4, ਲੇਕਿਨ ਮੈਂ ਫਾਲਤੂ ਇਨਕੁਆਇਰੀ ਕੋਈ ਨਹੀਂ ਹੈਂਡਲ ਕਰਦੀ। ਜਿਹੜੇ ਬੱਚੇ ਸੀਰੀਅਸ ਹੈ, ਜਿਨ੍ਹਾਂ ਨੂੰ ਰਿਜ਼ਲਟ ਚਾਹੀਦੇ ਆਪਣੇ ਕੰਮ ਦੇ, ਉਹਨਾਂ ਨੂੰ ਮੈਂ 1 ਵੀਕ ਦੀ ਅਕੋਮੋਡੇਸ਼ਨ ਵੀ ਕਰਾ ਕੇ ਦਿੰਦੀ ਹਾਂ, ਪੂਰੀ ਸਰਵਿਸਿਜ਼ ਮੈਂ ਦਿੰਦੀ ਹਾਂ ਉਹਨਾਂ ਨੂੰ, ਕਿਸੇ ਵੀ ਕਿਸਮ ਦੀ ਸਰਵਿਸ ਦੀ ਲੋੜ ਹੈ। ਸਾਡਾ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਦੇ ਵਿੱਚ ਆਪਣਾ ਆਫਿਸ ਹੈ, ਉਹ ਹਰ ਬੱਚਾ ਮੈਨੂੰ ਅਪਰੋਚ ਕਰ ਸਕਦਾ। ਜੀ 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 ਬਿਲਕੁਲ। ਦੇਖੋ, ਇੱਥੇ ਮੈਮ ਨੇ ਜੋ ਗੱਲ ਕਹੀ, ਸੀਰੀਅਸ ਸਟੂਡੈਂਟ, ਸਿੰਸੀਅਰ ਸਟੂਡੈਂਟ ਜਿਹੜਾ ਹੈ ਉਸਦੇ ਲਈ ਵਾਕਈ ਇਹ ਟਾਈਮ ਜਿਹੜਾ ਹੈ ਇਜ਼ ਆ, ਹਲੇ ਵੀ ਅਗਰ ਤੁਸੀਂ ਸਹੀ ਫਾਇਦਾ ਨਹੀਂ ਲੈਂਦੇ ਹੋ ਤਾਂ ਫੈਬ ਇਨਟੇਕ ਤੁਹਾਡੇ ਹੱਥੋਂ ਖੁੰਝ ਸਕਦਾ ਹੈ ਔਰ ਚੰਗੀਆਂ ਆਪਸ਼ਨਸ ਵੀ ਤੁਹਾਡੇ ਹੱਥੋਂ ਜਾ ਸਕਦੀਆਂ ਨੇ। ਸੋ ਮੈਮ ਨੂੰ ਮਿਲ ਕੇ, ਮੈਮ ਨਾਲ ਗੱਲ ਕਰਕੇ ਤੁਸੀਂ ਸਹੀ ਆਪਸ਼ਨਸ ਬਾਰੇ ਪਤਾ ਕਰੋ ਔਰ ਟਾਈਮਲੀ ਜੋ ਹੈ ਆਪਣਾ ਪ੍ਰੋਸੈਸ ਜ਼ਰੂਰ ਸ਼ੁਰੂ ਕਰੋ, ਤਾਂ ਕਿ ਤੁਸੀਂ ਕਿਤੇ ਪਿੱਛੇ ਨਾ ਰਹਿ ਜਾਓ ਔਰ ਇੰਟਰਸਟਿਡ ਸਟੂਡੈਂਟਸ ਲਈ। ਹਰਜੋ, ਤੇ ਇੱਕ ਮਿੰਟ, 16 ਦਸੰਬਰ ਨੂੰ ਸਾਡਾ ਆਸਟ੍ਰੇਲੀਆ ਦਾ ਸੈਮੀਨਾਰ ਹੈ, ਜਿਹੜੇ ਸਟੂਡੈਂਟਸ ਇਹ ਵੀਡੀਓ ਦੇਖ ਰਹੇ ਆ ਉਹ ਇਨਕੁਆਇਰੀ ਭੇਜ ਸਕਦੇ ਆ, ਮੈਂ ਆਪਣਾ ਨੰਬਰ ਦੇ ਤਾਂ ਮੈਨੂੰ ਕਾਲ ਕਰ ਸਕਦੇ ਆ,
ਔਰ ਉਸ ਤੋਂ ਪਹਿਲੇ ਆਫਰ ਲੈਟਰ ਜ਼ਰੂਰ ਲੈ ਲੈਣਾ। ਅਦਰਵਾਈਜ਼ ਸੈਮੀਨਾਰ ਵੀ ਹੋ ਰਿਹਾ ਸਾਡਾ 16 ਦਸੰਬਰ ਨੂੰ, ਤੁਸੀਂ ਆ ਸਕਦੇ। ਜੀ ਬਿਲਕੁਲ, ਸੋ 16 ਦਸੰਬਰ ਨੂੰ ਇਸ ਸੈਮੀਨਾਰ ਦਾ ਹਿੱਸਾ ਬਣ ਕੇ ਸਟੂਡੈਂਟਸ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਢੇਰ ਸਾਰੀ ਆਪਸ਼ਨਸ ਬਾਰੇ ਪਤਾ ਕਰ ਸਕਦੇ ਨੇ। ਸੋ ਇਸ ਸੈਮੀਨਾਰ ਦਾ ਹਿੱਸਾ ਤੁਸੀਂ ਜ਼ਰੂਰ ਬਣੋ। ਸੋ 16 ਦਸੰਬਰ ਦਾ ਜਿਹੜਾ ਇਹ ਸੈਮੀਨਾਰ ਹੈ, ਉੱਥੇ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਨੂੰ ਲੈ ਕੇ ਵੀ ਕਿਸੇ ਸਟੂਡੈਂਟ ਦੀ ਕੁਐਰੀ ਹੈ, ਤੁਸੀਂ ਉੱਥੇ ਪਹੁੰਚੋ, ਤੁਹਾਨੂੰ ਢੇਰ ਸਾਰੀ ਆਪਸ਼ਨਸ ਪਤਾ ਚੱਲਣਗੇ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਯੂਰਪ ਨੂੰ ਲੈ ਕੇ ਵੀ ਸੈਮੀਨਾਰ ਜੋ ਹੈ ਨੈਵੀਗੇਟਰਸ ਓਵਰਸੀਜ਼ ਵੱਲੋਂ ਔਰਗਨਾਈਜ਼ ਕੀਤਾ ਜਾ ਰਿਹਾ ਸਟੂਡੈਂਟਸ ਲਈ। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਚੁਆਇਸ ਹੈ, ਤੁਸੀਂ ਜ਼ਰੂਰ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਆਪਣੇ ਲਈ ਚੰਗੀਆਂ ਆਪਸ਼ਨਸ ਦਾ ਪਤਾ ਜ਼ਰੂਰ ਕਰ ਸਕਦੇ ਹੋ। ਕੋਈ ਹੋਰ ਸਵਾਲ ਹੈ, ਅਪਲਾਈ ਕਰਨ ਬਾਰੇ ਹਾਲੇ ਸਿਰਫ ਸੋਚ ਰਹੇ ਹੋ ਤਾਂ ਰਾਈਟ ਗਾਈਡੈਂਸ ਦੀ ਵੇਟ ਕਰ ਰਹੇ ਸੀਗੇ, ਤਾਂ ਜ਼ਰੂਰ ਮੈਮ ਦੀ ਗਾਈਡੈਂਸ ਦੇ ਨਾਲ, ਨੈਵੀਗੇਟਰਸ ਓਵਰਸੀਜ਼ ਦੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰਕੇ ਸਹੀ ਆਪਸ਼ਨਸ ਦੇ ਨਾਲ ਅੱਗੇ ਵੱਧ ਸਕਦੇ ਹੋ। ਨੰਬਰ ਲਗਾਤਾਰ ਡਿਸਪਲੇ, ਐਜ਼ ਉੱਪਰ ਕਾਲ ਵੀ ਕਰ ਸਕਦੇ ਹੋ, ਅਤੇ ਚੰਗਾ ਹੋਵੇਗਾ ਜੇਕਰ ਤੁਸੀਂ ਵਿਜ਼ਿਟ ਕਰੋ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿੱਚ ਆਪਣੇ ਡਾਕੂਮੈਂਟਸ ਦੇ ਨਾਲ। ਸੈਮੀਨਾਰ ਵਿੱਚ ਵੀ ਜਿਹੜੇ ਸਟੂਡੈਂਟਸ ਪਹੁੰਚਣਗੇ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਉਣ, ਤਾਂ ਕਿ ਮੌਕੇ 'ਤੇ ਅਸੈਸਮੈਂਟ ਕੀਤੀ ਜਾਵੇ, ਤੁਹਾਨੂੰ ਸਹੀ ਚੀਜ਼ਾਂ ਗਾਈਡ ਕੀਤੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ, ਤੁਸੀਂ ਅੱਜ ਸਟੂਡੈਂਟਸ ਨੂੰ ਫੱਬ ਇਨ ਟੇਕ ਨੂੰ ਲੈ ਕੇ ਅਵੇਅਰ ਕੀਤਾ ਹੈ ਕਿ ਸਮਾਂ ਘੱਟ ਹੈ, ਵਧੀਆ ਢੰਗ ਨਾਲ ਤਿਆਰੀ ਕਰਕੇ ਅੱਗੇ ਵਧਣ ਅਤੇ ਆਪਣਾ ਵੀਜ਼ਾ ਹਾਸਲ ਕਰਨ। ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਸਾਂਝੇ ਕਰ ਸਕਦੇ ਨੇ। ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।